प्रेस सर्च जर्नलिस्ट एसोसिएशन की एक मीटिंग धारीवाल में आज जिला गुरदासपुर के अध्यक्ष मोहन हंस की प्रधानगी में हुई। इस मीटिंग में प्रेस सर्च जर्नलिस्ट एसोसिएशन के राष्ट्रीय प्रेसिडेंट संजीव पुंज ने विशेष तौर पर शिरकत की। इस मीटिंग में पत्रकारों की समस्याओं पर विचार वटांदरा किया गया और पत्रकारों को आने वाली मुश्किलों के सल्यूशन के लिए भी विचार वटांदरा किया गया। इस अवसर पर शमा रोशन करके पत्रकारों की एकता की मशाल जलाई गई। इस संघर्ष की मशाल जो हमेशा जलती रहेगी, उस मशाल को ਸਾਡਾ ਮਾਨਵਤਾ ਆਇਆ ਵਾ। ਅਸੀਂ ਪੁੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸਾਨੂੰ ਜਿੱਥੇ ਵੀ ਕਿਤੇ ਪੁੰਚ ਸਾਹਿਬ ਯਾਦ ਕਰਨਗੇ ਅਸੀਂ ਉਹਨਾਂ ਕੋਲ ਹਾਜ਼ਰ ਹੋਵਾਂਗੇ। ਅਸੀਂ ਤਨੋਂ ਮਨੋਂ ਅਤੇ ਧਨੋਂ ਵੀ ਇਹਨਾਂ ਦੀ ਹਰ ਗੱਲ ਦੇ ਹਰ ਕੰਮ ਦੇ ਵਿੱਚ ਸਹਿਯੋਗ ਦੇਵਾਂਗੇ। ਧੰਨਵਾਦ। ਮੈਂ ਕੇਵਲ ਸਿੰਘ, ਸਰਪੰਚ ਚੜ੍ਹਦੀ ਕਲਾ ਟੈਮ ਟੀਵੀ ਧਾਰੀਵਾਲ ਤੋਂ, ਕੌਮੀ ਪ੍ਰਧਾਨ ਪੰਜਾਬ ਸ਼੍ਰੀ ਸੰਜੀਵ ਪੁੰਜ ਜੀ ਵੱਲੋਂ ਧਾਰੀਵਾਲ ਇਕਾਈ ਦਾ ਜੋ ਗਠਨ ਕੀਤਾ ਗਿਆ ਹੈ, ਜਿਸ ਵਿੱਚ ਜਸ ਜੀ ਨੂੰ ਇੱਥੋਂ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਮੈਂ ਪੱਤਰਕਾਰ ਭਾਈਚਾਰੇ ਵੱਲੋਂ ਸੰਜੀਵ ਪੁੰਜ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਹਾਂ ਅਤੇ ਇਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਇਕਾਈ ਹੈ ਇਹਨਾਂ ਦੇ ਨਾਲ ਰਲ ਕੇ ਪੱਤਰਕਾਰ ਭਾਈਚਾਰੇ ਦੇ ਜੋ ਸਮੱਸਿਆਵਾਂ ਹਨ ਉਹਨਾਂ ਨੂੰ ਹੱਲ ਕਰਨ ਵਿੱਚ ਅਸੀਂ ਹਰ ਵੇਲੇ ਹਾਜ਼ਰ ਰਹਾਂਗੇ। ਧੰਨਵਾਦ ਜੀ। ਸਾਡੇ ਬਹੁਤ ਹੀ ਸਤਿਕਾਰਯੋਗ ਵੱਡੇ ਭਾਅ ਜੀ ਸੰਜੀਵ ਪੁੰਜ ਜੀ, ਜੋ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਦੁਆਰਾ ਅੱਜ ਧਾਰੀਵਾਲ ਤੋਂ ਜਰਨਲਿਸਟ ਐਸੋਸੀਏਸ਼ਨ ਦੀ ਇਕਾਈ ਗਠਿਤ ਕੀਤੀ ਗਈ ਹੈ, ਜਿਸ ਵਿੱਚ ਉਹਨਾਂ ਨੇ ਸ਼੍ਰੀ ਜਸ ਮਹਾਜਨ ਜੀ ਨੂੰ ਇੱਥੋਂ ਯੂਨੀਅਨ ਦਾ ਪ੍ਰਧਾਨ ਥਾਪਿਆ ਹੈ, ਜਦਕਿ ਮੈਨੂੰ ਜੇਮਸ ਨਾਰ ਨੂੰ ਵਾਈਸ ਪ੍ਰਧਾਨ ਨਿਯੁਕਤ ਕੀਤਾ ਹੈ। ਮੈਂ ਸੰਜੀਵ ਪੁੰਜ ਜੀ ਦਾ ਧੰਨਵਾਦ ਕਰਦਾ ਹਾਂ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਰਨਲਿਸਟ ਐਸੋਸੀਏਸ਼ਨ ਦੇ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਅਤੇ ਭਵਿੱਖ ਵਿੱਚ ਪੱਤਰਕਾਰ ਵੀਰਾਂ ਨੂੰ ਜੋ ਮੁਸ਼ਕਲਾਂ ਆਉਂਦੀਆਂ ਹਨ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਉਹਨਾਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ ਹਾਂ। ਧੰਨਵਾਦ ਜੀ। ਮੈਂ ਸੰਜੀਵ ਪੁੰਜ, ਨੈਸ਼ਨਲ ਪ੍ਰੈਜ਼ੀਡੈਂਟ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ। ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਦੀ ਇੱਕ ਮੀਟਿੰਗ ਧਾਰੀਵਾਲ ਵਿਖੇ ਕਰਵਾਈ ਗਈ ਹੈ, ਜਿੱਥੇ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਨੇ ਇਕਾਈ ਦਾ ਗਠਨ ਕੀਤਾ ਹੈ ਔਰ ਬੜੀ ਖੁਸ਼ੀ ਦੀ ਗੱਲ ਹੈ। ਔਰ ਮੈਂ ਵਧਾਈ ਦਿੰਦਾ ਸਾਡੇ ਸੀਨੀਅਰ ਪੱਤਰਕਾਰ ਕਾਲੂ ਸਾਹਿਬ, ਜੋ ਕਿ ਇੱਥੇ ਮਾਰਗਦਰਸ਼ਨ ਕਰਨਗੇ ਔਰ ਸਾਡੀ ਐਸੋਸੀਏਸ਼ਨ ਦੇ ਇੱਥੋਂ ਸਰਪ੍ਰਸਤ ਹੋਣਗੇ ਧਾਰੀਵਾਲ ਤੋਂ। ਕਿਸੇ ਵੀ ਪੱਤਰਕਾਰ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਅਤੇ ਉਹ ਪ੍ਰੈਸ ਸੰਘਰਸ਼ ਜਰਨਲਿਸਟ ਐਸੋਸੀਏਸ਼ਨ ਨਾਲ ਆਪਣਾ ਸੰਪਰਕ ਬਣਾ ਸਕਦਾ ਹੈ। ਔਰ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਸਰਬਸੰਮਤੀ ਨਾਲ ਇੱਥੇ ਪ੍ਰਧਾਨਗੀ ਦੀ ਚੋਣ ਹੋਈ ਹੈ, ਜਿਹਦੇ ਵਿੱਚ ਮਾਹਿਰ ਸਾਹਿਬ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਔਰ ਇਹਨਾਂ ਦੇ ਨਾਲ ਆਲਬਰਟ ਗਿੱਲ ਸਕੱਤਰ ਔਰ ਜੇਮਸ ਨਾਰ ਜੋ ਇੱਥੋਂ ਅਹਿਮ ਨੁਮਾਇੰਦੇ ਚੁਣੇ ਗਏ ਨੇ, ਮਹਾਜਨ ਸਾਹਿਬ ਔਰ ਗਿੱਲ ਸਾਹਿਬ ਔਰ ਇੱਥੋਂ ਜਥੇਬੰਦੀ ਦੇ ਜੋ ਵੀ ਸਾਡੇ ਕੋਲ ਸਮੱਸਿਆਵਾਂ ਆਉਣਗੀਆਂ ਉਹਦੇ ਵਾਸਤੇ ਐਸੋਸੀਏਸ਼ਨ ਨਾਲ ਹਮੇਸ਼ਾ ਖੜ੍ਹੀ ਹੋਏਗੀ। ਔਰ ਮੈਂ ਸਾਰਿਆਂ ਨੂੰ ਵਚਨ ਦਿੰਦਾ ਕਿ ਚੱਟਾਨ ਵਾਂਗ ਹਮੇਸ਼ਾ ਹੀ ਜਿਹੜੀ ਹੈ ਐਸੋਸੀਏਸ਼ਨ ਨਾਲ ਇਹਨਾਂ ਦੇ ਖੜ੍ਹੀ ਰਹੇਗੀ। ਔਰ ਜੋ ਅੱਜ ਅਸੀਂ ਉਹਦੇ ਇੱਥੇ ਦਿੱਤੇ ਨੇ ਨਿਯੁਕਤੀ ਕੀਤੀ ਹੈ ਸਾਡੇ ਕੋਲ ਪ੍ਰਧਾਨ ਸਾਹਿਬ, ਬਾਕੀ ਜਿਹੜੇ ਰਹਿੰਦੀਆਂ ਜਿਹੜੀਆਂ ਨੇ ਨਿਯੁਕਤੀਆਂ ਨੇ ਉਹ ਸਾਡੇ ਕੋਲ ਭੇਜ ਦੇਣਗੇ ਅਤੇ ਉਸ ਨੂੰ ਪ੍ਰਵਾਨਗੀ ਜਿਹੜੀ ਐਸੋਸੀਏਸ਼ਨ ਦੇ ਦੇਣੀ। ਔਰ ਇੱਕ ਵਾਰੀ ਮੈਂ ਫਿਰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿੰਨੇ ਵੀ ਇੱਥੇ ਸਾਡੇ ਪੱਤਰਕਾਰ ਵੀਰ ਪਹੁੰਚੇ ਨੇ ਔਰ ਸੀਨੀਅਰ ਪੱਤਰਕਾਰ ਸਾਰਿਆਂ ਦਾ ਮੈਂ ਤਹਿ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ।
ਧੰਨਵਾਦ ਸਰ। ਜਰਨਲਿਸਟ ਐਸੋਸੀਏਸ਼ਨ ਵੱਲੋਂ ਧਾਰੀਵਾਲ ਇਕਾਈ ਦਾ ਗਠਨ ਕੀਤਾ ਗਿਆ ਹੈ। ਇਹ ਇੱਕ ਬਹੁਤ ਸ਼ਲਾਘਾਯੋਗ ਸੰਜੀਵ ਪੌਂਚੀ ਜੋ ਕਿ ਕੌਮੀ ਪ੍ਰਧਾਨ ਹੈ ਉਹਨਾਂ ਦੀ ਰਹਿਨਮਾਈ ਹੇਠ ਇਹ ਹੋਇਆ ਹੈ, ਕਿਉਂਕਿ ਅੱਜ ਦੇ ਯੁੱਗ ਵਿੱਚ ਪੱਤਰਕਾਰਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਨਾ ਬੜਾ ਮੁਸ਼ਕਲ ਹੈ। ਮਗਰ ਫਿਰ ਵੀ ਮੈਂ ਪੌਂਚ ਸਾਹਿਬ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ, ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਆਪਣਾ ਸਮਾਂ ਜਿਹੜਾ ਵਾ ਉਹ ਪੱਤਰਕਾਰੀਆਂ ਵਾਸਤੇ ਲਾ ਰਹੇ ਹਨ, ਕਿਉਂਕਿ ਪੱਤਰਕਾਰ ਜਿਹੜਾ ਫੀਲਡ ਦੇ ਵਿੱਚ ਕੰਮ ਕਰਦਾ ਉਹਨੂੰ ਬਹੁਤ ਸਮੱਸਿਆਵਾਂ ਆਉਂਦੀਆਂ ਨੇ। ਉਹ ਸਮੱਸਿਆਵਾਂ ਦਾ ਹੱਲ ਕਰਨ ਵਾਸਤੇ ਕਿਸੇ ਨਾ ਕਿਸੇ ਨੂੰ ਆਪਾਂ ਭਗਤ ਸਿੰਘ ਬਣਨਾ ਪੈਂਦਾ ਹੈ। ਮਹਾਜਨ ਧਾਰੀਵਾਲ ਤੋਂ ਸੰਘਰਸ਼ ਪ੍ਰੈਸ ਸੰਘਰਸ਼ ਐਸੋਸੀਏਸ਼ਨ ਦੁਆਰਾ ਕੌਮੀ ਪ੍ਰਧਾਨ ਸ਼੍ਰੀ ਸੰਜੀਵ ਪੁੱਜ ਦੁਆਰਾ ਮੈਨੂੰ ਪ੍ਰਧਾਨ ਬਣਾਉਣ 'ਤੇ ਮੈਂ ਉਹਨਾਂ ਦਾ ਆਰਥਿਕ ਧੰਨਵਾਦ ਕਰਦਾ ਹਾਂ ਅਤੇ ਮੈਂ ਇਸ ਕੰਮ ਨੂੰ ਪੂਰੀ ਜ਼ਿੰਮੇਵਾਰੀ ਨਾਲ ਤਨ ਮਨ ਧਨ ਨਾਲ ਜਿੱਥੇ ਵੀ ਮੇਰੀ ਜ਼ਰੂਰਤ ਪਏਗੀ ਮੈਂ ਆਪਣੀਆਂ ਸੇਵਾਵਾਂ ਦੇਵਾਂਗਾ ਅਤੇ ਇੰਨਾ ਹੀ ਕਹਿੰਦਾ ਹੋਇਆ ਮੈਂ ਵਾਰ ਵਾਰ ਧੰਨਵਾਦ ਕਰਦਾ ਹਾਂ ਪੁੰਜ ਸਾਹਿਬ ਦਾ ਅਤੇ ਮੇਰੇ ਕਿਸੇ ਸਾਥੀ ਨੂੰ ਮੇਰੀ ਜ਼ਰੂਰਤ ਪਵੇ ਤਾਂ ਮੈਂ 24 ਘੰਟੇ ਉਹਦੀ ਸੇਵਾ ਕਰਨ ਲਈ ਹਾਜ਼ਰ ਹਾਂ।